ਛੱਬੀ ਜਨਵਰੀ ਸਾਡੀ ਮਿਸ ਹੋ ਗਈ, ਦੁੱਖ ਹੋਇਆ ਸਾਨੂੰ। ਉਹ ਕਹਿੰਦੇ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਨੇ, 20 ਨੇ ਜੀ, ਦਿੱਲੀ ਵੀ ਹੈ ਨਹੀਂ ਇਹਦੇ ਚ। ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵੀ ਭਗਵਾਕਰਨ ਹੋ ਗਿਆ। ਇਹਨਾਂ ਦਾ ਬਸ ਚੱਲੇ ਜਨ ਗਨ ਮਨ ਚੋਂ ਪੰਜਾਬ ਕੱਢ ਦੇਣਗੇ। ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ, ਦੁੱਖ ਹੋਇਆ ਸਾਨੂੰ। ਤਾਂ ਇਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ, ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ, ਪਰ ਆਹ ਸਾਡੀਆਂ ਸ਼ਰਧਾਂਜਲੀਆਂ ਤੇ ਜਾਂ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਦਾ ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ, ਕਾਰਨ ਨਹੀਂ ਦੱਸਦੇ ਹੁੰਦੇ ਜੀ। ਉਹ ਕਹਿੰਦੇ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਨੇ, 20 ਨੇ ਜੀ, ਦਿੱਲੀ ਵੀ ਹੈ ਨਹੀਂ ਇਹ ਚ, ਪੰਜਾਬ ਵੀ ਹੈ ਨਹੀਂ, ਦਿੱਲੀ ਵੀ ਹੈ ਨਹੀਂ। ਮੈਂ ਪੜ੍ਹ ਕੇ ਦੱਸ ਦਿੰਦਾ, ਉੱਤਰਾਖੰਡ ਹੈ ਜੀ, ਉੱਤਰ ਪ੍ਰਦੇਸ਼ ਹੈ ਜੀ, ਤੇਲੰਗਾਨਾ, ਤਮਿਲਨਾਡੂ, ਰਾਜਸਥਾਨ, ਉੜੀਸਾ, ਮੇਘਾਲਿਆ, ਮਨੀਪੁਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਲਦਾਖ, ਕਰਨਾਟਕਾ, ਝਾਰਖੰਡ, ਹਰਿਆਣਾ, ਗੁਜਰਾਤ, ਗੋਆ, ਛੱਤੀਸਗੜ੍ਹ, ਅਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼। ਮੈਂ ਪਹਿਲਾਂ ਖਤਮ ਕਰ ਲੈਂਦਾ ਗੱਲ, ਫਿਰ ਆਪਾਂ ਤੁਸੀਂ ਤੁਹਾਡਾ ਸਵਾਲ ਕਰਨਾ। 80% ਤੋਂ ਉੱਪਰ, 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ। ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵੀ ਭਗਵਾਕਰਨ ਹੋ ਗਿਆ, ਭਾਜਪਾ ਕਰਨ ਹੋ ਗਿਆ, ਰਾਜਨੀਤੀਕਰਨ ਹੋ ਗਿਆ। ਤੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ, ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ। ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ, ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ, 15 ਅਗਸਤ ਤੇ 26 ਜਨਵਰੀ ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ, ਤੁਹਾਡੀ ਕੋਈ ਲੋੜ ਨਹੀਂ। ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ, ਅੰਡੇਮਾਨ ਨਿਕੋਬਾਰ ਦੀ ਝਾਕੀ ਹੁੰਦੀ ਨਾ, ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ, ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਹਨਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ, ਫਾਂਸੀ ਵਾਲੇ ਵੀ, ਕਾਲੇ ਪਾਣੀ ਵਾਲੇ ਵੀ। ਇਹ ਇਹਦੇ ਕੀ ਆਪਣੇ ਆਪ ਨੂੰ, ਇਹ ਸਾਡੇ ਵਿਰਸੇ ਨੂੰ ਅਸੀਂ ਸਾਰੇ ਕਹਾਣੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ, ਐਂ ਖਤਮ ਕਰ ਲੈਣਗੇ। ਮੈਂ ਕਹਿ ਰਿਹਾ ਪਹਿਲਾਂ, ਮੈਂ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਬਸ ਚੱਲੇ ਜਨ ਗਨ ਮਨ ਚੋਂ ਪੰਜਾਬ ਕੱਢ ਦੇਣਗੇ। ਆ ਉਸੇ ਪਾਸੇ ਨੂੰ ਚੱਲਿਆ ਹੋਇਆ ਕਦਮ ਹੈ, ਜੇ 26 ਜਨਵਰੀ ਤੇ 15 ਅਗਸਤ ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਹਦੀ ਹੈ ਜੀ। ਜੇ ਇਹਨਾਂ ਨੂੰ ਬੀਜੇਪੀ ਵਾਲੇ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਪੰਜਾਬ ਚ, LED ਬੈਨਾਂ ਲੱਗੀਆਂ ਹੋਈਆਂ ਨੇ, ਪਿੰਡਾਂ ਜਾਂਦੀਆਂ ਨੇ, ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ, ਭਗਤ ਸਿੰਘ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਲਾਲਾ ਲਾਜਪਤ ਰਾਏ ਜੀ ਚੰਗੇ ਨਹੀਂ ਲੱਗਦੇ, ਊਧਮ ਸਿੰਘ ਹੋਰਾਂ ਦੀ ਝਾਕੀਆਂ ਪਸੰਦ ਨਹੀਂ, ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਹਨਾਂ ਨੇ ਜ਼ੁਲਮ ਦੇ ਖਿਲਾਫ਼ ਲੜਾਈ ਲੜੀ। ਮੋਦੀ ਇਹਦੇ ਨਾਲੋਂ ਜ਼ਿਆਦਾ ਵਧੀਆ ਹੋ ਗਿਆ, ਇਹ ਨਹੀਂ ਪਸੰਦ ਸਾਨੂੰ। ਇਹ 'ਚ ਕੋਈ ਇਹ ਦੱਸ ਦਿਓ ਕੋਈ, ਅਸੀਂ ਕੋਈ ਇਹ 'ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ, ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤੀਕਰਨ ਕੋਈ ਕੀਤਾ ਹੋਵੇ, ਸਾਰੇ ਤਾਂ ਸਾਰੇ ਸ਼ਹੀਦ, ਸਾਰਾ ਕਲਚਰ। Subscribe our channel for latest news and updates, and don't forget to press bell icon for latest notifications.